ਪੰਜਾਬੀ ਇੰਡਸਟਰੀ ਆਪਣੀਆਂ ਨਵੀਆਂ ਅਤੇ ਸ਼ਾਨਦਾਰ ਫਿਲਮਾਂ ਕਰਕੇ ਜਾਣੀ ਜਾਂਦੀ ਹੈ ਅਤੇ ਸਾਲ 2024 ਦੇ ਵਿੱਚ ਪੰਜਾਬੀ ਇੰਡਸਟਰੀ ਆਪਣੇ ਨਵੇਂ ਕੋਨਸੈਪਟ ਦੇ ਨਾਲ ਨਾ ਆਵੇ ਇੱਦਾਂ ਤਾਂ ਹੋ ਹੀ ਨਹੀਂ ਸਕਦਾ। ਜੀ ਹਾਂ, ਨਵੇਂ ਸਾਲ 'ਤੇ ਪੰਜਾਬੀ ਇੰਡਸਟਰੀ ਦੇ ਕੋਲ ਵੱਖਰੇ ਵੱਖਰੇ ਕੋਨਸੈਪਟ ਦਾ ਭੰਡਾਰ ਭਰਿਆ ਹੋਇਆ ਹੈ ਅਤੇ ਸਾਲ 2024 ਦੇ ਵਿੱਚ ਇੱਕ ਨਵੀਂ ਅਤੇ ਸ਼ਾਨਦਾਰ ਫਿਲਮ ਆਪਣੇ ਵੱਖਰੇ ਅੰਦਾਜ਼ 'ਤੇ ਆਉਣ ਵਾਲੀ ਹੈ। ਦੱਸੀਏ ਕਿ ਇਹ ਫਿਲਮ ਚੜ੍ਹਦੇ ਅਤੇ ਲੈਂਦੇ ਪੰਜਾਬ ਦੀ ਇੱਕ ਵੱਖਰੀ ਅਤੇ ਅਨੋਖੀ ਪ੍ਰੇਮ ਕਹਾਣੀ ਨੂੰ ਲੈ ਕੇ ਆਵੇਗੀ। ਇਸ ਫਿਲਮ ਦੇ ਵਿੱਚ ਤੁਹਾਡੀ ਫੇਵਰੇਟ ਅਦਾਕਾਰਾ ਚੁਲਬੁਲੀ ਚਹਿਲ, ਸਿਮੀ ਚਹਿਲ ਨਜ਼ਰ ਆਵੇਗੀ ਅਤੇ ਮੁੱਖ ਅਦਾਕਾਰ ਵਜੋਂ ਪਾਕਿਸਤਾਨੀ ਐਕਟਰ ਇਮਰਾਨ ਅਬਾਸ ਸਿਮੀ ਚਹਿਲ ਦੇ ਇਸ ਫਿਲਮ ਦੇ ਵਿੱਚ ਜੀ ਵੇ ਸੋਹਣਿਆ ਜੀ ਹੋਣਗੇ। ਦੱਸੀਏ ਕਿ ਇਹ ਫਿਲਮ 16 ਫਰਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਤਿਆਰ ਹੈ ਅਤੇ ਹਾਲ ਹੀ ਦੇ ਵਿੱਚ ਇਸ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਇਆ। ਜੀ ਵੇ ਸੋਹਣਿਆ ਜੀ ਦੇ ਖੂਬਸੂਰਤ ਟ੍ਰੇਲਰ ਦੇ ਵਿੱਚ ਦਰਸ਼ਕਾਂ ਨੂੰ ਪਹਿਲੀ ਵਾਰ ਸਿਮੀ ਚਹਿਲ ਅਤੇ ਇਮਰਾਨ ਅਬਾਸ ਦੀ ਔਨ ਸਕਰੀਨ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਟ੍ਰੇਲਰ ਰੋਮਾਂਸ ਇੱਕ ਅਜਿਹੀ ਪ੍ਰੇਮ ਕਹਾਣੀ ਬਿਆਨ ਕਰਦੀ ਹੈ ਜੋ ਜੋੜੀਆਂ ਨੂੰ ਪਿਆਰ ਕਰਨ ਦਾ ਇੱਕ ਨਵਾਂ ਰਾਹ ਦਿਖਾ ਰਹੀ ਹੈ। ਜੀ ਵੇ ਸੋਹਣਿਆ ਜੀ ਦਰਸ਼ਕਾਂ ਨੂੰ ਆਪਣੇ ਪਿਆਰ ਅਤੇ ਕਨੈਕਸ਼ਨ ਦੀ ਦਿਲੀ ਕਹਾਣੀ ਨਾਲ ਲੁਭਾਉਣ ਦੇ ਲਈ ਤਿਆਰ ਹੈ। ਟ੍ਰੇਲਰ ਨੂੰ ਦੇਖ ਕੇ ਇਹ ਤਾਂ ਸਮਝ ਆ ਹੀ ਰਿਹਾ ਹੈ ਕਿ ਇਸ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋ ਪ੍ਰੇਮੀਆਂ ਦੀ ਇੱਕ ਅਨੋਖੀ ਪ੍ਰੇਮ ਕਹਾਣੀ ਦਰਸਾ ਰਹੀ ਹੈ। ਫਿਲਮ ਦੀ ਅਦਾਕਾਰਾ ਨੂੰ ਸ਼ੁਰੂਆਤ ਵਿੱਚ ਪਤਾ ਨਹੀਂ ਹੁੰਦਾ ਕਿ ਜਿਸ ਨੂੰ ਉਹ ਪਿਆਰ ਕਰ ਬੈਠੀ ਹੈ ਉਹ ਪਾਕਿਸਤਾਨ ਤੋਂ ਹੈ ਅਤੇ ਅਦਾਕਾਰ ਜਿਸ ਨੂੰ ਉਸ ਅਦਾਕਾਰਾ ਦੇ ਨਾਲ ਪਿਆਰ ਹੋ ਜਾਂਦਾ ਹੈ ਜੋ ਕਿ ਪੂਰੀ ਦੁਨੀਆ ਦਾ ਸਫ਼ਰ ਕਰਨਾ ਉਸਦਾ ਇੱਕ ਸੁਪਨਾ ਬਣ ਜਾਂਦਾ ਹੈ। ਪਰ ਫਿਲਮ ਦੇ ਵਿੱਚ ਸਵਾਦ ਤਾਂ ਉਦੋਂ ਆਉਂਦਾ ਹੈ ਜਦੋਂ ਅਦਾਕਾਰਾ ਨੂੰ ਅਦਾਕਾਰ ਦੀ ਇਹ ਗੱਲ ਪਤਾ ਲੱਗਦੀ ਹੈ ਕਿ ਉਹ ਦੂਸਰੇ ਮੁਲਕ ਤੋਂ ਹੈ ਅਤੇ ਇਹ ਦੇਖਣਾ ਕਾਫ਼ੀ ਇੰਟਰਸਟਿੰਗ ਹੋਵੇਗਾ ਕਿ ਕਿਵੇਂ ਇਹ ਦੋਵੇਂ ਇੱਕ ਦੂਜੇ ਨੂੰ ਪਾਉਣ ਦੇ ਲਈ ਜੱਦੋਜਹਿਦ ਕਰਨ ਵਾਲੇ ਨੇ। ਟ੍ਰੇਲਰ ਇੱਕ ਕਹਾਣੀ ਦੀ ਝਲਕ ਪੇਸ਼ ਕਰਦਾ ਹੈ ਜੋ ਜ਼ਿੰਦਗੀ ਦੇ ਵਿੱਚ ਪਿਆਰ ਦੇ ਰੰਗਾਂ ਨੂੰ ਦਰਸਾਊਗਾ। ਦੱਸੀਏ ਕਿ ਫਿਲਮ ਜੀ ਵੇ ਸੋਹਣਿਆ ਜੀ 16 ਫਰਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੀ ਸ਼ਾਨ ਬਣਨ ਜਾ ਰਹੀ ਹੈ। ਸੋ ਭੁੱਲਣਾ ਨਹੀਂ, 16 ਫਰਵਰੀ ਜੀ ਵੇ ਸੋਹਣਿਆ ਜੀ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਸੋ ਜਾਓ ਅਤੇ ਫਿਲਮ ਦਾ ਆਨੰਦ ਮਾਣੋ। ਪੰਜਾਬੀ ਇੰਡਸਟਰੀ ਆਪਣੀਆਂ ਨਵੀਆਂ ਅਤੇ ਸ਼ਾਨਦਾਰ ਫਿਲਮਾਂ ਕਰਕੇ ਜਾਣੀ ਜਾਂਦੀ ਹੈ ਅਤੇ ਸਾਲ 2024 ਦੇ ਵਿੱਚ ਪੰਜਾਬੀ ਇੰਡਸਟਰੀ ਆਪਣੇ ਨਵੇਂ ਕੋਨਸੈਪਟ ਦੇ ਨਾਲ ਨਾ ਆਵੇ ਇੱਦਾਂ ਤਾਂ ਹੋ ਹੀ ਨਹੀਂ ਸਕਦਾ। ਜੀ ਹਾਂ, ਨਵੇਂ ਸਾਲ 'ਤੇ ਪੰਜਾਬੀ ਇੰਡਸਟਰੀ ਦੇ ਕੋਲ ਵੱਖਰੇ ਵੱਖਰੇ ਕੋਨਸੈਪਟ ਦਾ ਭੰਡਾਰ ਭਰਿਆ ਹੋਇਆ ਹੈ ਅਤੇ ਸਾਲ 2024 ਦੇ ਵਿੱਚ ਇੱਕ ਨਵੀਂ ਅਤੇ ਸ਼ਾਨਦਾਰ ਫਿਲਮ ਆਪਣੇ ਵੱਖਰੇ ਅੰਦਾਜ਼ 'ਤੇ ਆਉਣ ਵਾਲੀ ਹੈ। ਦੱਸੀਏ ਕਿ ਇਹ ਫਿਲਮ ਚੜ੍ਹਦੇ ਅਤੇ ਲੈਂਦੇ ਪੰਜਾਬ ਦੀ ਇੱਕ ਵੱਖਰੀ ਅਤੇ ਅਨੋਖੀ ਪ੍ਰੇਮ ਕਹਾਣੀ ਨੂੰ ਲੈ ਕੇ ਆਵੇਗੀ। ਇਸ ਫਿਲਮ ਦੇ ਵਿੱਚ ਤੁਹਾਡੀ ਫੇਵਰੇਟ ਅਦਾਕਾਰਾ ਚੁਲਬੁਲੀ ਚਹਿਲ, ਸਿਮੀ ਚਹਿਲ ਨਜ਼ਰ ਆਵੇਗੀ ਅਤੇ ਮੁੱਖ ਅਦਾਕਾਰ ਵਜੋਂ ਪਾਕਿਸਤਾਨੀ ਐਕਟਰ ਇਮਰਾਨ ਅਬਾਸ ਸਿਮੀ ਚਹਿਲ ਦੇ ਇਸ ਫਿਲਮ ਦੇ ਵਿੱਚ ਜੀ ਵੇ ਸੋਹਣਿਆ ਜੀ ਹੋਣਗੇ। ਦੱਸੀਏ ਕਿ ਇਹ ਫਿਲਮ 16 ਫਰਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਦੇ ਲਈ ਤਿਆਰ ਹੈ ਅਤੇ ਹਾਲ ਹੀ ਦੇ ਵਿੱਚ ਇਸ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਹੈ। ਜੀ ਵੇ ਸੋਹਣਿਆ ਜੀ ਦੇ ਖੂਬਸੂਰਤ ਟ੍ਰੇਲਰ ਦੇ ਵਿੱਚ ਦਰਸ਼ਕਾਂ ਨੂੰ ਪਹਿਲੀ ਵਾਰ ਸਿਮੀ ਚਹਿਲ ਅਤੇ ਇਮਰਾਨ ਅਬਾਸ ਦੀ ਔਨ ਸਕਰੀਨ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਟ੍ਰੇਲਰ ਰੋਮਾਂਸ ਇੱਕ ਅਜਿਹੀ ਪ੍ਰੇਮ ਕਹਾਣੀ ਬਿਆਨ ਕਰਦੀ ਹੈ ਜੋ ਜੋੜੀਆਂ ਨੂੰ ਪਿਆਰ ਕਰਨ ਦਾ ਇੱਕ ਨਵਾਂ ਰਾਹ ਦਿਖਾ ਰਹੀ ਹੈ। ਜੀ ਵੇ ਸੋਹਣਿਆ ਜੀ ਦਰਸ਼ਕਾਂ ਨੂੰ ਆਪਣੇ ਪਿਆਰ ਅਤੇ ਕਨੈਕਸ਼ਨ ਦੀ ਦਿਲੀ ਕਹਾਣੀ ਨਾਲ ਲੁਭਾਉਣ ਦੇ ਲਈ ਤਿਆਰ ਹੈ। ਟ੍ਰੇਲਰ ਨੂੰ ਦੇਖ ਕੇ ਇਹ ਤਾਂ ਸਮਝ ਆ ਹੀ ਰਿਹਾ ਹੈ ਕਿ ਇਸ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋ ਪ੍ਰੇਮੀਆਂ ਦੀ ਇੱਕ ਅਨੋਖੀ ਪ੍ਰੇਮ ਕਹਾਣੀ ਦਰਸਾ ਰਹੀ ਹੈ।
ਫਿਲਮ ਦੀ ਅਦਾਕਾਰਾ ਨੂੰ ਸ਼ੁਰੂਆਤ ਵਿੱਚ ਪਤਾ ਨਹੀਂ ਹੁੰਦਾ ਕਿ ਜਿਸ ਨੂੰ ਉਹ ਪਿਆਰ ਕਰ ਬੈਠੀ ਹੈ ਉਹ ਪਾਕਿਸਤਾਨ ਤੋਂ ਹੈ, ਅਤੇ ਅਦਾਕਾਰ ਜਿਸ ਨੂੰ ਉਸ ਅਦਾਕਾਰਾ ਦੇ ਨਾਲ ਪਿਆਰ ਹੋ ਜਾਂਦਾ ਹੈ, ਜੋ ਕਿ ਪੂਰੀ ਦੁਨੀਆ ਦਾ ਸਫ਼ਰ ਕਰਨਾ ਉਸਦਾ ਇੱਕ ਸੁਪਨਾ ਬਣ ਜਾਂਦਾ ਹੈ। ਪਰ ਫਿਲਮ ਦੇ ਵਿੱਚ ਸਵਾਦ ਤਾਂ ਉਦੋਂ ਆਉਂਦਾ ਹੈ ਜਦੋਂ ਅਦਾਕਾਰਾ ਨੂੰ ਅਦਾਕਾਰ ਦੀ ਇਹ ਗੱਲ ਪਤਾ ਲੱਗਦੀ ਹੈ ਕਿ ਉਹ ਦੂਸਰੇ ਮੁਲਕ ਤੋਂ ਹੈ। ਅਤੇ ਇਹ ਦੇਖਣਾ ਕਾਫੀ ਇੰਟਰਸਟਿੰਗ ਹੋਵੇਗਾ ਕਿ ਕਿਵੇਂ ਇਹ ਦੋਵੇਂ ਇੱਕ ਦੂਜੇ ਨੂੰ ਪਾਉਣ ਦੇ ਲਈ ਜੱਦੋਜਹਿਦ ਕਰਨ ਵਾਲੇ ਨੇ। ਟ੍ਰੇਲਰ ਇੱਕ ਕਹਾਣੀ ਦੀ ਝਲਕ ਪੇਸ਼ ਕਰਦਾ ਹੈ ਜੋ ਜ਼ਿੰਦਗੀ ਦੇ ਵਿੱਚ ਪਿਆਰ ਦੇ ਰੰਗਾਂ ਨੂੰ ਦਰਸਾਊਗਾ। ਦੱਸੀਏ ਕਿ ਫਿਲਮ ਜੀ ਵੀ ਸੋਹਣਿਆ ਜੀ 16 ਫਰਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੀ ਸ਼ਾਨ ਬਣਨ ਜਾ ਰਹੀ ਹੈ। ਸੋ ਭੁੱਲਣਾ ਨਹੀਂ, 16 ਫਰਵਰੀ ਜੀ ਵੀ ਸੋਹਣਿਆ ਜੀ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਸੋ ਜਾਓ ਅਤੇ ਫਿਲਮ ਦਾ ਆਨੰਦ ਮਾਣੋ।